ਹਾਂਜੀ, ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਨਾ। ਡਰੈਸਿੰਗ ਰੂਮ ਅਤੇ ਆਹ ਬੈਡਰੂਮ ਆਪਣਾ, ਅਤੇ ਬੈਡਰੂਮ ਦੇ ਵਿੱਚ ਗੇਟ ਡਰੈਸਿੰਗ ਰੂਮ ਦਾ, ਅਤੇ ਸਲਾਈਡਿੰਗ ਗੇਟ ਬਣਾਇਆ ਗਿਆ ਇਹ, ਅਤੇ ਬਾਹਰਲੀ ਸਾਈਡ 'ਤੇ ਹੈਗਾ ਆਪਣਾ ਪਾਲਸ ਦਾ ਕੰਮ, ਵਿਨੀਅਰ ਲੱਗਿਆ, ਅਤੇ ਇਹ ਡਰੈਸਿੰਗ ਰੂਮ 7x9 ਦਾ। ਅਤੇ ਇਹਦੇ 7 ਡਾਊਨ ਸੀਲਿੰਗ ਹੈ, ਇਹ ਵੀ ਆਪਾਂ ਵਿਨੀਅਰ ਲਾਇਆ, ਅਤੇ ਸਾਈਡਾਂ 'ਤੇ ਲੈਕਰ ਗਲਾਸ ਲੱਗਿਆ ਵਾਈਟ, ਅਤੇ ਸਾਰਾ ਮੈਕਾ ਲੱਗਿਆ ਕਪਬੋਰਡ ਦੇ। ਜਿਹੜਾ ਸਾਹਮਣੇ ਕਪਬੋਰਡ ਆ ਇਹ ਹੈਗਾ 4 ਫੁੱਟ ਚੌੜਾ, ਅਤੇ 2 ਫੁੱਟ ਡੂੰਘਾ ਇਹ। ਇਹ ਹੈਂਡਲ ਲੈਸ ਆਪਣਾ, ਇਹ ਟਿੱਪਰ ਲਾਈ ਆ ਪੱਲਿਆਂ 'ਤੇ ਟੱਕ ਦੇ ਕੇ, ਅਤੇ 3 ਇੰਚੀ ਕਬਜ਼ੇ ਲਾਏ ਹੋਏ ਨੇ, ਅਤੇ ਟਿੱਪਰ ਲਾਈ ਆ, ਹੈਂਡਲ ਨਹੀਂ ਲੱਗਦਾ ਇਸ 'ਤੇ। ਅਤੇ ਰੋਜ਼ ਗੋਲਡ ਸਟ੍ਰਿਪ ਪਾਈ ਆ ਪੱਲਿਆਂ 'ਚ, ਅਤੇ ਇਹ ਆਪਣਾ ਹੈਗਾ ਸਲਾਈਡਿੰਗ ਕਪਬੋਰਡ, ਇਹ 7 ਫੁੱਟ ਚੌੜਾ, ਅਤੇ ਇਹਦੀ ਹਾਈਟ ਹੈਗੀ ਆ ਤਕਰੀਬਨ 9.5 ਫੁੱਟ, ਅਤੇ ਪੱਲੇ ਵੀ ਕਾਫੀ ਲੰਬੇ ਬਣਾਏ ਗਏ ਨੇ, ਮਤਲਬ 7.5 ਫੁੱਟ ਤੋਂ ਵੱਧਦੇ ਨੇ ਆਪਣੇ, 7.5 ਫੁੱਟ ਪੱਲੇ ਨੇ 92 ਇੰਚ ਦੇ। ਅਤੇ ਆ ਜਿੱਥੇ ਬੱਲਬ ਲੱਗਿਆ ਇੱਥੇ ਵੀ ਆਪਣਾ ਲੁਕਿੰਗ ਗਲਾਸ ਲੱਗੂ, ਅਤੇ ਇੱਕ ਦੂਸਰੀ ਸਾਈਡ 'ਤੇ ਛੋਟਾ, ਅਤੇ ਇਸ ਤਰ੍ਹਾਂ ਹੀ ਆ ਆਪਣਾ ਡਰੈਸਿੰਗ ਦੇ ਆਪਣਾ 3 ਦਰਾਜ਼, 1 ਪੱਲਾ, ਅਤੇ ਆ ਸਲਾਈਡਿੰਗ ਪੱਲਾ ਬਣਾਇਆ ਗਿਆ ਇਹਦਾ, ਕੋਈ ਜਗ੍ਹਾ ਨਹੀਂ ਘੇਰਦਾ ਇਹ, ਆਪਣਾ ਡਰੈਸਿੰਗ ਦੇ ਬੈਕ ਸਾਈਡ 'ਤੇ ਚਲਾ ਜਾਂਦਾ। ਅਤੇ ਆ ਆਪਣੇ ਲਾਈਨਿੰਗ ਗਲਾਸ ਵਿੱਚ ਇਹ ਪਿਕਚਰ ਖੋਲ੍ਹੇ ਜਾਂਦੀ, ਜੇ ਆਪਾਂ ਨੇ ਕੱਲ੍ਹ ਨੂੰ ਗੇਟ ਦੀ ਸੈਟਿੰਗ ਕਰਨੀ ਹੈ ਕੋਈ, ਜਿਸ ਤਰ੍ਹਾਂ ਖੋਲ੍ਹਣਾ ਕੱਢਣਾ, ਤਾਂ ਪਿਕਚਰ ਖੋਲ੍ਹ ਕੇ ਅੱਗੇ ਤੋਂ। ਅਤੇ ਸਾਹਮਣੇ ਸਾਰਾ ਹੀ ਉਰੇ ਸ਼ੀਸ਼ਾ ਲੱਗੂਗਾ ਵੱਡਾ, ਇਹ ਸਾਰਾ ਸਨਮੈਕਾ ਲਾਇਆ ਗਿਆ। ਅਤੇ ਉਰੇ ਲੱਗ ਜੂ ਇੱਕ ਆਪਣਾ 1.5 ਫੁੱਟ ਦਾ ਸ਼ੀਸ਼ਾ, ਅਤੇ ਇਸ 'ਤੇ ਲੱਗੂ ਆਪਣਾ ਪ੍ਰੋਫਾਈਲ ਪੱਲਾ। ਅਤੇ ਆਪਾਂ ਵੀਡੀਓ ਜਦੋਂ ਪੂਰਾ ਕੰਪਲੀਟ ਹੋ ਗਿਆ, ਪੇਂਟ ਵਗੈਰਾ ਅਤੇ ਲੈਟਰ ਲੱਗ ਗਈਆਂ, ਉਸ ਤੋਂ ਬਾਅਦ ਫਿਰ ਵੀਡੀਓ ਬਣਾਵਾਂਗੇ ਆਪਾਂ। ਅਤੇ ਸਾਰੇ ਦਰਾਜ਼ ਹੈਂਡਲਸ ਨੇ, ਇਹ ਟੇਪਰ ਕੀਤਾ ਗਿਆ ਸਾਰੇ। ਅਤੇ ਆਪਾਂ ਬਸ ਇਸ ਤਰ੍ਹਾਂ ਹੀ ਹੱਥ ਪਾ ਕੇ ਇਸ 'ਤੇ ਪੂਜ ਸਕਦੇ ਹਾਂ, ਕੋਈ ਇਹਨਾਂ ਦੇ ਹੈਂਡਲ ਦੀ ਜ਼ਰੂਰਤ ਨਹੀਂ ਹੈਗੀ। ਅਤੇ ਜੇ ਵੀਡੀਓ ਵਧੀਆ ਲੱਗ ਜਾਂਦੀ ਤਾਂ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਆ ਕਰੋ, ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਰਹੇ ਨੇ। ਜੇ ਕੋਈ ਵੀ ਜਾਣਕਾਰੀ ਚਾਹੀਦੀ ਹੁੰਦੀ ਹੈ ਤਾਂ ਕਮੈਂਟ ਕਰ ਸਕਦੇ ਹੋ ਤੁਸੀਂ। ਅਤੇ ਚਾਰੇ ਸਾਈਡਾਂ ਤੋਂ ਦਰਾਜ਼ ਟੇਪਰ ਨੇ, ਜਿਹੜੀ ਮਰਜ਼ੀ ਸਾਈਡ ਤੋਂ ਆਪਾਂ ਖੋਲ੍ਹ ਸਕਦੇ ਹਾਂ, ਅਤੇ ਇਸ ਤਰ੍ਹਾਂ ਹੀ ਇਹ ਪੱਲਾ, ਇਹਦੀਆਂ 3 ਸਾਈਡਾਂ ਟੇਪਰ ਨੇ। ਇਸ ਤਰ੍ਹਾਂ ਇਹ ਕਪੋਰਡ ਦੇ ਇੱਧਰ ਆਪਣੇ ਓਪਨ ਦਰਾਜ਼ ਬਾਰੇ, ਇਹ ਵੀ ਟੇਪਰ ਲਾਏ ਆ। ਆਹ ਪੱਲੇ ਵੀ ਆਪਣੇ 7.5 ਫੁੱਟ ਲੰਬੇ ਨੇ, 81 ਇੰਚ, ਇਹ ਆਪਣੇ ਲਾਏ ਨੇ HDF ਦੇ, ਹਰਾ ਜਿਹੜਾ MDF ਕਹਿ ਦਿੰਦੇ ਆਪਾਂ, ਗ੍ਰੀਨ ਵਾਲਾ। ਅਤੇ ਆ 7 ਦੇ ਉੱਪਰ ਲੱਗਣਾ ਵਿਨੀਅਰ, ਇਹ 'ਤੇ ਪਾਲਸ ਹੋਊਗੀ, ਉਹ ਆਪਣਾ ਹੈਗਾ ਫਾਈਨ ਟੱਚ ਦਾ ਸਨਮਾਇਕਾ ਸਾਰਾ।
ਅਤੇ ਹਜੇ ਉੱਪਰ ਲਾਈਟਾਂ ਵਗੈਰਾ ਕੰਮ ਰਹਿੰਦਾ, ਇਸ ਲਈ ਥੋੜ੍ਹਾ ਜਿਹਾ ਵੀਡੀਓ ਚੰਗੀ ਤਰ੍ਹਾਂ ਨਹੀਂ ਬਣਦੀ, ਲਾਈਟ ਘੱਟ ਹੈ। ਅਤੇ ਰੋਜ਼ ਗੋਲਡ ਸਟ੍ਰਿਪ ਪਾਈ ਗਈ ਆ, ਅਤੇ ਅੰਦਰੋਂ ਵੀ ਦਿਖਾ ਦਿੰਦੇ ਉਹਨੂੰ, ਇਹਦੇ ਵਿੱਚ ਆ ਸੈਲਫਾਂ ਪਾਈਆਂ ਨੇ ਛੋਟੀਆਂ, 15-15 ਇੰਚ ਦੇ ਤਕਰੀਬਨ ਖਾਨੇ ਹੈਗੇ। ਇਹਦੇ 3 ਇੰਚ ਕਬਜ਼ੇ ਲਾਏ ਨੇ, ਉਲਟੇ ਕਬਜ਼ੇ ਲਾ ਦਿੰਦੇ ਸੀ। ਤਕਰੀਬਨ ਇਸ ਡਰੈਸਿੰਗ ਰੂਮ 'ਤੇ ਵੀ ਖਰਚਾ ਆਪਣਾ ਤਕਰੀਬਨ 1.25 ਲੱਖ ਦੇ ਤਕਰੀਬਨ ਆ ਜਾਊਗਾ ਲਗਭਗ, ਜੇ ਆਪਣੇ ਇਸ ਤਰ੍ਹਾਂ ਦਾ ਡਰੈਸਿੰਗ ਰੂਮ ਤਿਆਰ ਕਰਨਾ ਹੋਵੇ 2 ਕੱਪ ਹੋਰ, 1.25 ਲੱਖ ਤੋਂ 1.5 ਲੱਖ ਦੇ ਵਿੱਚ ਵਿੱਚ। ਅਤੇ ਪੱਲਿਆਂ ਦੀ ਹਾਈਟ ਹੈਗੀ ਆਪਣੀ 92 ਇੰਚ, ਬਿਲਕੁਲ ਵੀ ਵਿੰਗੇ ਨੇ, ਬਿਲਕੁਲ ਸਹੀ ਨੇ। ਅਤੇ ਪੱਲੇ ਆਪਣੇ ਇਹ 700 ਦੀਆਂ ਪੱਚਰਾਂ ਪਈਆਂ ਨੇ ਇਹਨਾਂ ਵਿੱਚ। ਸੌਫਟ ਕਲੋਜ਼ ਨੇ, ਕੋਈ ਦਿੱਕਤ ਨਹੀਂ। ਅਤੇ ਇਹ 3 ਦਰਾਜ ਪਾਏ ਗਏ ਨੇ ਜਿਨ੍ਹਾਂ ਦੇ ਅੱਗੇ ਗਲਾਸ ਲੱਗੂ 8 mm ਦਾ। ਇਹ ਹਜੇ ਪੈਂਟਿੰਗ ਦਾ ਕੰਮ। ਅਤੇ ਉੱਪਰ ਵਾਲੇ ਖਾਨੇ ਦੇ ਵਿੱਚ ਆਪਾਂ ਹੈਂਗਰ ਲਈ ਵੱਡਾ ਛੱਡਤਾ। ਅਤੇ ਇਹਦੇ 'ਤੇ ਆਹ ਟਰੈਕ ਲਾਇਆ ਗਿਆ। ਰੇਡੂ ਨਹੀਂ, ਵੀਡੀਓ ਬਣ ਨਹੀਂ ਰਹੀ ਰੇਡੂਆਂ ਦੀ, ਨਹੀਂ। ਅਤੇ ਇਸ ਤਰ੍ਹਾਂ ਉੱਪਰੋਂ ਇੱਕ ਸੈਲਫ ਪਾਈ ਹੈ, ਅਤੇ ਉੱਪਰ ਵਾਲਾ ਜਿਵੇਂ ਆਪਾਂ ਟੈਚੀ ਵਗੈਰਾ ਜਾਂ ਰਜਾਈਆਂ ਰੱਖ ਸਕਦੇ ਹਾਂ। ਤਕਰੀਬਨ 1.25 ਇੰਚੀ ਮੋਟਾ ਹੋ ਗਿਆ, 1 ਇੰਚੀ 3 ਸੂਤ ਮੋਟਾ ਹੋ ਗਿਆ ਇਹ ਪੱਲਾ, ਦੇਖ ਸਕਦੇ ਹੋ ਤੁਸੀਂ। ਦਰਜ ਬਿਲਕੁਲ ਸਹੀ ਹੈ ਅਤੇ ਬਿਲਕੁਲ ਸਹੀ, 1.5 ਸੂਤ ਵੀ ਵਿੰਗੇ ਨਹੀਂ ਹੋਏ ਪੱਲੇ ਇਹ। ਕਈ ਵਾਰੀ 1.5 ਸੂਤ 1.5 ਸੂਤ ਵਿੰਗਾ ਹੋਏ, ਇਸ ਤੋਂ ਜ਼ਿਆਦਾ ਵਿੰਗਾ ਨਹੀਂ ਹੋ ਸਕਦਾ, ਪਰ ਇਹ ਬਿਲਕੁਲ ਸਹੀ ਨੇ, ਕੋਈ ਦਿੱਕਤ ਨਹੀਂ। 92 ਇੰਚ ਦੇ ਪੱਲੇ ਨੇ। ਇਸ ਤਰ੍ਹਾਂ ਇੱਧਰ 2 ਦਰਾਜ ਅਤੇ 1 ਲੋਕਰ ਦਿੱਤਾ। ਇਹਦੇ ਵਿੱਚ ਵੀ ਆਪਾਂ ਪੈਪ ਪਾ ਸਕਦੇ ਹਾਂ, ਜੇ ਸੈਲਫ ਪਾਉਣੀ ਤਾਂ ਸੈਲਫਾਂ ਵੀ ਪੈ ਜਾਣਗੀਆਂ ਐਲ ਬਟਨਾਂ 'ਤੇ। ਇਸ ਤਰ੍ਹਾਂ ਇਹ ਨੀਚੇ 12 ਇੰਚ ਦੇ ਦਰਾਜ ਬਣਾਏ ਗਏ ਨੇ। ਤਕਰੀਬਨ ਇਹ ਦਰਾਜ ਵਿੱਚੋਂ ਵੀ 8-9 ਇੰਚ ਡੂੰਘਾ ਬਚ ਗਿਆ ਵਰਤਣ ਲਈ ਆਪਣਾ। ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ, ਇਸ ਤਰ੍ਹਾਂ ਦੀ ਵੀਡੀਓ ਆਪਾਂ ਲੈ ਕੇ ਆਉਂਦੇ ਹਾਂ ਆਪਣੇ ਚੈਨਲ 'ਤੇ। ਜਦੋਂ ਇਹ ਪੂਰਾ ਕੰਪਲੀਟ ਹੋ ਗਿਆ ਆਪਾਂ ਫਿਰ ਵੀ ਵੀਡੀਓ ਬਣਾ ਕੇ ਪਾਵਾਂਗੇ।